ਦੱਸ ਗੇਅਰਪ੍ਰੋ ਦੇ ਵਿੱਚ, ਗੇਅਰਪ੍ਰੋ ਦੇ ਵਿੱਚ ਇੱਕ ਗੱਲ ਦਾ ਨੂੰ ਦੱਸ ਦਿੰਦੇ ਹਾਂ, ਏ ਬੀ ਸੀ ਡੀ 20 ਮਾਡਲ 21 ਦੀ ਆਰਸੀ 675,000 ਰੁਪਇਆ ਡਿਮਾਂਡ ਆ, ਮੌਕੇ 'ਤੇ ਘਾਟਾ ਵਾਧਾ ਹੋ ਜਾਏਗਾ। ਏ ਬੀ ਸੀ ਡੀ ਗੇਅਰ ਨੇ, ਜੇ ਗੱਲ ਕਰੀਏ ਕੰਡੀਸ਼ਨ ਕੁਛ ਇਸ ਤਰੀਕੇ ਦੀ ਕੰਡੀਸ਼ਨ ਹੈ, ਏ ਬੀ ਸੀ ਡੀ ਗੇਅਰ ਨੇ ਅਤੇ ਗੇਅਰਪ੍ਰੋ ਦੇ ਵਿੱਚ ਟਰਬੋ ਲੱਗਾ ਹੁੰਦਾ ਇੱਕ ਛੋਟਾ ਜਿਹਾ ਦੇ ਵਿੱਚ ਵੀ, ਠੀਕ ਆ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਬਣਦਾ, ਗੇਅਰਪ੍ਰੋ ਕਾਫੀ ਵਧੀਆ ਮਾਡਲ ਹੈ। ਪਾਵਰ ਟਰੈਕ 60 EPI ਕਲਾਸਿਕ T20 ਜੀ, ਠੀਕ ਹੈ। T20 ਦੀ ਗੱਲ ਕਰੀਏ 21 ਮਾਡਲ ਹੈ, 725,000 ਰੁਪਇਆ ਡਿਮਾਂਡ ਹੈ, ਜੇ ਡਿਮਾਂਡ ਦੀ ਗੱਲ ਕਰੀਏ, ਠੀਕ ਹੈ ਜੀ। ਦੇਖ ਸਕਦੇ ਜੀ ਪਾਈਪਾਂ ਪੜ ਦਿੰਦੇ, ਕਹਿੰਦੇ ਟਾਪੇ ਪੜ ਜਾਣਗੇ 850 ਵਾਲੇ ਟਾਪੇ, ਠੀਕ ਹੈ। ਕਿਤੇ ਨਾ ਕਿਤੇ ਗੱਲ ਸਹੀ ਆ, ਟਾਪੇ ਪੜ ਦੇਣਗੇ। ਐਡਾ ਕੀ ਲਿਫਟ ਪੰਪ, ਐਡਾ ਕੀ ਤਿੰਨ ਕਿ ਚਾਰ ਉਂਗਲਾਂ ਦਾ ਹੋਣਾ ਨਹੀਂ, ਚਾਰ ਦਾ ਹੈ ਨਹੀਂ, ਤਿੰਨ ਦਾ ਹੀ ਅਸਲ ਦੇ ਵਿੱਚ T20 ਦੇ ਵਿੱਚ। ਅਤੇ ਟਾਪੇ ਪਾੜ ਦੇਣਗੇ 855 ਵਾਲਿਓ, ਅਤੇ ਜਿਹੜੇ ਆਹ ਘੈਂਟ ਦਿੰਦੇ ਆ 800 ਆਪਣੇ ਫਾਰਮ 60 ਵਾਲੇ, ਸੋਰੀ, ਕੁਛ ਜਿਹੜੀ ਡੈਕੋਰੇਸ਼ਨ ਆ ਉਹ ਵਧੀਆ ਹਾਈ ਲੋ ਦੇ ਨਾਲ ਹੈ। ਅਤੇ ਆਹ ਇਹਦਾ ਆ ਗਿਆ ਗੇਅਰ ਵਗੈਰਾ ਆ ਗਿਆ PTO ਦਾ ਨਾ, ਅਤੇ ਜਿਹੜੀ ਡਿਮਾਂਡ ਆ ਤੁਹਾਨੂੰ ਦੱਸ ਦਿੱਤੀ ਹਾਈ ਲੋ ਦੇ ਨਾਲ, ਇਹ ਜਿਹੜੇ ਬੇਦਾਗ ਨੇ। ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। AC ਟਰੈਕਟਰ ਖੜਾ ਫਤਿਹਾਬਾਦ ਮੰਡੀ ਦੇ ਵਿੱਚ, ਪਹਿਲਾ 14 ਮਾਡਲ 2,25,000 ਰੁਪਇਆ ਡਿਮਾਂਡ ਆ। ਜੇ ਗੱਲ ਕੀਤੀ ਜਾਵੇ ਸਿੰਪਲ ਸਟੇਅਰਿੰਗ ਦੇ ਵਿੱਚ ਆ, ਟਾਇਰ ਬੇਦਾਗ ਨੇ, ਪਲੇਟਫਾਰਮ ਹੈ ਜਿਹੜਾ ਉਹ ਵਧਾਇਆ ਹੋਇਆ। ਸਿੰਪਲ ਸਟੇਅਰਿੰਗ ਦੇ ਵਿੱਚ ਵੀ ਕਿਸੇ ਨੇ ਜਗਾੜ ਲਾਤਾ ਜੀ, ਬਹੁਤ ਵਧੀਆ। ਜਿਹੜੀ ਆਰਮ ਦਾ ਉਹ ਇੱਥੋਂ ਕੱਟਤਾ ਪੀਸ, ਠੀਕ ਹੈ। ਅਤੇ ਦੇਖ ਸਕਦੇ ਪਲੇਟਫਾਰਮ ਹੈ ਜਿਹੜਾ ਉਹ ਕਿਸੇ ਵੀਰ ਨੇ ਸੋਹਣਾ ਬਣਾਇਆ ਆਪਾਂ ਕਹਾਂਗੇ, ਠੀਕ ਹੈ। ਕੋਈ ਕਮੀ ਪੇਸ਼ੀ ਨਹੀਂ, ਦੇਖ ਸਕਦੇ ਲੰਮਾ ਹੈ ਪੂਰਾ, ਦੇਖ ਲਓ ਬੈਕ ਸਾਈਡੋਂ। ਅਤੇ ਜਿਹੜਾ PTO ਗੇਅਰ ਉਹ ਵੀ ਕੱਢਿਆ ਹੋਇਆ, ਇੱਧਰੋਂ ਪੌੜੀਆਂ ਬਣਾਈਆਂ ਜਿਹੜੀਆਂ ਦੋ ਬਣਾਈਆਂ, ਪੂਰੀ ਸਪੋਰਟ ਦਿੱਤੀ। ਪਰਲੀ ਸਾਈਡ ਵੀ ਵਿਖਾਉਣੇ ਤੁਹਾਨੂੰ ਥੋੜ੍ਹਾ ਜਿਹਾ ਪਲੇਟਫਾਰਮ, ਕਿਉਂਕਿ ਜਿਹੜੀ ਫੀਚਰ ਦਿੱਤੇ ਨਾ ਉਹ ਜ਼ਰੂਰ ਦਿਖਾਉਣੇ ਚਾਹੀਦੇ ਰਾਈਡਰ ਦੇ ਵਿੱਚ ਕੀ ਨੇ, ਰੇਟ ਲੱਗੇ ਨੇ ਜਿਹੜੇ ਉਹ ਲੱਗੇ ਹੀ ਨੇ, ਹੈ ਨਾ। ਆਹ ਦੇਖੋ ਇੱਧਰ ਵੀ ਪਲੇਟਫਾਰਮ ਦੀ ਪੂਰੀ ਸਫਾਈ ਦਿੱਤੀ ਆ ਜਿੰਨੀ ਦਿੱਤੀ ਗਈ। ਅਤੇ ਅਗਲੇ ਬੰਨੇ ਰਾਈਡਰ ਹੈਗਾ 3630 ਨਿਊ ਹੋਲੈਂਡ ਦਾ, ਜੇ ਗੱਲ ਕਰੀਏ XT50+ ਸੁਪਰ, ਠੀਕ ਹੈ ਜੀ। ਜਿਹੜਾ ਨੰਬਰ ਹੈ ਨਿਊ ਹੋਲੈਂਡ ਵਾਲਿਆਂ ਦਾ 20 ਮਾਡਲ 6,65,000 ਰੁਪਇਆ ਡਿਮਾਂਡ ਹੈ। ਅਤੇ ਜੇ ਗੱਲ ਕੀਤੀ ਜਾਵੇ ਆਹ ਨੰਬਰ ਨੇ, ਨੋਟ ਕਰ ਲਓ ਤੁਸੀਂ ਇੱਕ ਵਾਰੀ, ਅਤੇ ਮੈਂ ਹਰੇਕ ਵੀਡੀਓ 'ਚ ਲਗਭਗ ਨੰਬਰ ਦੇਣਾ। ਜੇ ਕੋਈ ਬੰਦਾ ਵੀਡੀਓ ਪੂਰੀ ਦੇਖਦਾ, ਲਗਭਗ 100 ਵੀਡੀਓ 'ਚੋਂ ਮੈਂ ਕਹਿੰਦਾ 90 ਵੀਡੀਓ ਦੇ ਮੈਂ ਨੰਬਰ ਦੇਣਾ, 10 ਵੀਡੀਓ ਦੇ ਨਹੀਂ ਹੁੰਦੇ ਵੀਰੇ, ਉਹ ਨਹੀਂ ਦਿੰਦੇ ਗੇ ਨੰਬਰ, ਕਿਉਂਕਿ ਲੋਕ ਫੋਨ ਕਰ ਕਰਕੇ ਤੰਗ ਕਰਦੇ ਹੋ ਇਹਨਾਂ ਨੂੰ, ਠੀਕ ਹੈ। ਇੰਡੋ ਫਾਰਮ 23 ਮਾਡਲ 4,35,000 ਰੁਪਇਆ ਡਿਮਾਂਡ ਹੈ, ਹਰਿਆਣਾ ਨੰਬਰ, ਪਾਵਰ ਸਟੇਅਰਿੰਗ ਹੈ, ਟਾਇਰ ਬੇਦਾਗ ਨੇ, ਠੀਕ ਹੈ ਜੀ। ਜੇ ਟਾਇਰਾਂ ਦੀ ਗੱਲ ਕੀਤੀ ਜਾਵੇ, ਜੇ ਸਪੀਡਾਂ ਦੀ ਗੱਲ ਕੀਤੀ ਜਾਵੇ, ਹਾਈ ਲੋ ਦੇ ਨਾਲ ਹੈ, ਠੀਕ ਹੈ ਜੀ। ਰਿਵਰਸ PTO ਹੈ ਟਰੈਕਟਰ। ਅਤੇ ਹੋਰ ਤੁਹਾਨੂੰ ਇੱਕ ਛੋਟਾ ਟਰੈਕਟਰ ਵਿਖਾ ਦਿੰਦੇ ਹਾਂ, ਇੱਕ ਖੜਾ ਇੱਧਰ ਨੰਜਾ ਬਾਈ ਵੀ ਖੜਾ, ਜੇ ਕਿਸੇ ਵੀਰ ਨੇ ਲੈਣਾ, ਠੀਕ ਹੈ। ਜੇ ਗੱਲ ਕੀਤੀ ਜਾਵੇ ਨੰਜਾ ਬਾਈ ਵੀ ਖੜਾ, ਅਤੇ ਇਹ ਹੈਗਾ ਛੋਟਾ ਟਰੈਕਟਰ ਹੈ, ਪਾਵਰ ਸਟੇਅਰਿੰਗ ਆ, 4-wheel ਡਰਾਈਵ ਹੈ, ਇੰਡੋ ਫਾਰਮ ਹੈ। ਇਹ ਹੈਗਾ ਜੀ 17 ਮਾਡਲ 2,25,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ। ਇੱਕ ਨਾ ਇੱਧਰ ਚੀਜ਼ ਖੜੀ ਹੈ ਨਿਊ ਹੋਲੈਂਡ ਵਾਲਿਆਂ ਦੀ, ਆਪਾਂ ਕਦੇ ਵੇਖਿਆ ਨਹੀਂ, ਤੁਸੀਂ ਵੇਖਿਆ ਹੋਣਾ ਕੀ ਆ, ਆਪਾਂ ਮੈਨੂੰ ਲੱਗਦਾ ਵੀ ਪਤਾ ਨਹੀਂ ਕੀ ਚੀਜ਼ ਬੀਜਣ ਵਾਲਾ, ਕਾਫੀ ਹੈਵੀ ਡੰਗਾ ਜਿਵੇਂ ਬੈੱਡ ਪਲਾਂਟਰ ਵਾਂਗੂ, ਹੈ ਨਾ। ਬਾਕੀ ਆਹ ਚੀਜ਼ ਕੀ ਆ ਮੈਨੂੰ ਸਮਝ ਨਹੀਂ ਆਈ, ਕਾਫੀ ਡਰਾਈਵ ਵੀ ਵੱਡੀ ਮੈਂ ਲੈ ਰਿਹਾ, ਹੈ ਨਾ। ਅੱਗੋਂ ਦੇਖ ਸਕਦੇ ਨਿਊ ਹੋਲੈਂਡ ਦਾ ਇੱਥੋਂ ਤੱਕ ਜਿਹੜੀ ਡਰਾਈਵ ਆ ਇੱਥੋਂ ਲੈਂਦਾ, ਠੀਕ ਹੈ, ਡਰਾਈਵ ਇੱਥੋਂ ਲੈਂਦਾ, ਦੋ ਇੱਧਰ ਨੇ, ਪਤਾ ਨਹੀਂ ਕੀ ਗਿਰਦਾ ਕੀ ਨਹੀਂ ਗਿਰਦਾ, ਆਪਾਂ ਨੂੰ ਨਹੀਂ ਪਤਾ, ਵਾਲੀ ਨੌਲੇਜ ਨਹੀਂ ਹੈਗੀ ਬਈ ਇਸ ਚੀਜ਼ ਬਾਰੇ। ਜੇ ਕਿਸੇ ਵੀਰ ਨੂੰ ਹੋਵੇ ਜ਼ਰੂਰ ਆਪਦੀ ਕਮੈਂਟਾਂ 'ਚ ਰਾਇ ਦੇਵੇ, ਠੀਕ ਹੈ, ਕੀ ਚੀਜ਼ ਹੈ, ਕੀ ਕੀੜਾ ਹੁੰਦਾ ਇਹਦੇ ਨਾਲ, ਹੈ ਨਾ, ਤਕੜਾ ਹੀ ਜਗਾੜਾ ਪੂਰਾ। ਅਤੇ ਇੱਧਰਲੀ ਸਾਈਡ ਪਤਾ ਨਹੀਂ ਕੀ ਪੈਂਦਾ ਕੀ ਨਹੀਂ ਪੈਂਦਾ, ਜੇ ਗੱਲ ਕੀਤੀ ਆ ਬਾਈ ਇੱਧਰੋਂ ਕਾਫੀ ਡਰਾਈਵਾਂ ਹੀ ਆ, ਮਗਰ ਸਿੱਧਾ ਡਰਾਈਵ ਦੇ ਤੀਆਂ, ਇਹਨਾਂ 'ਚ ਵੀ ਕੁਛ ਪੈਂਦਾ, ਆਹ ਟੈਂਕੀਆਂ 'ਚ ਵੀ ਕੁਛ ਪੈਂਦਾ, ਜਿਵੇਂ ਮੈਨੂੰ ਐਂ ਲੱਗਦਾ ਅਗਲੇ ਬੰਨੇ ਖਾਦ ਪੈਂਦੀ ਆ, ਇਹਨਾਂ 'ਚ ਪਤਾ ਨਹੀਂ ਕੀ ਪੈਂਦਾ, ਦੇਖੀਏ।
ਜੇ ਓਪਨ ਹੁੰਦੀ ਇਹ ਇਹਨਾਂ ਵਿੱਚ ਵੀ ਐਵੇਂ ਥਾਂ ਬਣੀ ਹੋਈ ਆ ਅਤੇ ਦੇਖ ਸਕਦੇ ਸਾਰਿਆਂ ਦੇ ਵਿੱਚ ਇਹੀ ਚੀਜ਼ ਆ। ਮਗਰੋਂ ਜਿਹੜਾ ਆ ਟਾਇਰ ਲੱਗੇ ਹੋਏ ਨੇ ਨਾ ਐਡਜਸਟਮੈਂਟ, ਇਹਨੂੰ ਘੁਮਾ ਕੇ ਕੀਤਾ ਜਾਂਦਾ ਕੋਈ ਚੀਜ਼ ਕੇਰਨ ਵਾਸਤੇ। ਵੈਸੇ ਪਤਾ ਨਹੀਂ ਹੁਣ ਕੀ ਚੀਜ਼ ਇਹਦੇ ਨਾਲ ਕਰੀਂਦੀ ਕੀ ਨਹੀਂ ਕਰੀਂਦੀ। ਅਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ, ਆਪਾਂ ਲੈ ਕੇ ਚੱਲਦੇ ਹਾਂ ਅਗਲੇ ਰਾਈਟਰਾਂ ਵੱਲ ਥੋੜ੍ਹਾ ਜਿਹਾ ਆਪਾਂ, ਠੀਕ ਹੈ, ਵਾਪਸ ਜਾਂਦੇ ਹਾਂ। ਆਕੜਾ 30-35 HP ਦੇ ਵਿੱਚ ਜੇ ਗੱਲ ਕਰੀਏ ਅਤੇ ਡਿਮਾਂਡ ਵਗੈਰਾ ਲਿਖੀ ਹੋਈ ਆ, ਇਹ ਹੈਗੀ ਡਿਮਾਂਡ 18 ਮਾਡਲ, 4,15,000 ਰੁਪਇਆ ਡਿਮਾਂਡ ਹੈ, ਠੀਕ ਹੈ ਜੀ। ਪਲੱਸ ਦੀ ਹਾਈ ਲੋ ਦੇ ਨਾਲ ਟਾਇਰ ਬੇਦਾਗ ਪੱਕੇ ਟਾਇਰ, 35 HP ਆ, ਪਾਵਰ ਸਟੇਅਰਿੰਗ ਹੈ ਟਰੈਕਟਰ, ਠੀਕ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਬਣਦਾ, ਫਤਿਹਾਬਾਦ ਮੰਡੀ ਆਏ ਵਾਰੀ ਆਈਦਾ ਲਗਭਗ, ਠੀਕ ਹੈ ਜੀ। 52 ਗੇਅਰ ਪ੍ਰੋ ਦੇ ਵਿੱਚ, ਗੇਅਰ ਪ੍ਰੋ ਦੇ ਵਿੱਚ ਇੱਕ ਗੱਲ ਦਾ ਦੱਸ ਦਿੰਦੇ ਹਾਂ, ABCD 20 ਮਾਡਲ 21 ਦੀ RC 6,75,000 ਰੁਪਇਆ ਡਿਮਾਂਡ ਆ, ਮੌਕੇ 'ਤੇ ਘਾਟਾ ਵਾਧਾ ਹੋ ਜਾਏਗਾ। ABCD ਗੇਅਰ ਨੇ। ਜੇ ਗੱਲ ਕਰੀਏ ਕੰਡੀਸ਼ਨ, ਕੁਛ ਇਸ ਤਰੀਕੇ ਦੀ ਕੰਡੀਸ਼ਨ ਹੈ, ABCD ਗੇਅਰ ਨੇ ਅਤੇ ਗੇਅਰ ਪ੍ਰੋ ਦੇ ਵਿੱਚ ਟਰਬੋ ਲੱਗਾ ਹੁੰਦਾ ਇੱਕ ਛੋਟਾ ਜਿਹਾ ਦੇ ਵਿੱਚ ਵੀ, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਬਣਦਾ, ਗੇਅਰ ਪ੍ਰੋ ਕਾਫੀ ਵਧੀਆ ਮਾਡਲ ਹੈ। ਪਾਵਰ ਟਰੈਕ 60 EPI ਕਲਾਸਿਕ T20 ਜੀ, ਠੀਕ ਹੈ। T20 ਦੀ ਗੱਲ ਕਰੀਏ 21 ਮਾਡਲ ਹੈ, 7,25,000 ਰੁਪਇਆ ਡਿਮਾਂਡ ਹੈ, ਜੇ ਡਿਮਾਂਡ ਦੀ ਗੱਲ ਕਰੀਏ, ਠੀਕ ਹੈ ਜੀ। ਦੇਖ ਸਕਦੇ ਜੀ ਪਾਈਪਾਂ ਪਾੜ ਦਿੰਦੇ, ਕਹਿੰਦੇ ਟਾਪੇ ਪਾੜ ਜਾਣਗੇ 855 ਵਾਲੇ ਟਾਪੇ, ਠੀਕ ਹੈ, ਕਿਤੇ ਨਾ ਕਿਤੇ ਗੱਲ ਸਹੀ ਆ, ਟਾਪੇ ਪਾੜ ਦੇਣਗੇ। ਐਡਾ ਕੀ ਲਿਫਟ ਪੰਪ, ਐਡਾ ਕੀ 3-4 ਉਂਗਲਾਂ ਦਾ ਹੋਣਾ ਨਹੀਂ, 4 ਦਾ ਹੈ ਨਹੀਂ, 3 ਦਾ ਹੀ ਅਸਲ ਦੇ ਵਿੱਚ T20 ਦੇ ਵਿੱਚ। ਅਤੇ ਟਾਪੇ ਪਾੜ ਦੇਣਗੇ 855 ਵਾਲਿਓ। ਅਤੇ ਜਿਹੜੇ ਆਹ ਘੈਂਟ ਦਿੰਦੇ ਆ 800 ਆਪਣੇ ਫਾਰਮ 60 ਵਾਲੇ, ਸੋਰੀ, ਕੁਛ ਜਿਹੜੀ ਡੈਕੋਰੇਸ਼ਨ ਆ ਉਹ ਵਧੀਆ ਹਾਈ ਲੋ ਦੇ ਨਾਲ ਹੈ। ਅਤੇ ਆਹ ਇਹਦਾ ਆ ਗਿਆ ਗੇਅਰ ਵਗੈਰਾ ਆ ਗਿਆ PTO ਦਾ ਨਾ, ਅਤੇ ਜਿਹੜੀ ਡਿਮਾਂਡ ਆ ਤੁਹਾਨੂੰ ਦੱਸ ਦਿੱਤੀ ਹਾਈ ਲੋ ਦੇ ਨਾਲ, ਟਾਇਰ ਆ ਜਿਹੜੇ ਬੇਦਾਗ ਨੇ। ਅਗਲੇ ਬੰਨੇ ਕਪੋਟਾ ਦਾ 55-01 ਜਪਾਨ ਦੀ ਟੈਕਨੋਲੋਜੀ ਹੈ ਨਾ, ਲਾਈਟਾਂ ਅਗਲੇ ਬੰਨੇ ਫਰੰਟ 'ਤੇ ਲਾਲ ਹੀ ਲਾਈਆਂ, ਇਹ ਹੈਗੀਆਂ ਨੇ ਤਿਮਾਨ 19 ਮਾਡਲ, 5.5 ਲੱਖ ਰੁਪਇਆ ਡਿਮਾਂਡ, ਪਾਵਰ ਸਟੇਅਰਿੰਗ ਟਰੈਕਟਰ ਹੈ, ਬੇਦਾਗ ਡਬਲ ਕਲੱਚ ਦੇ ਨਾਲ, ਲੌਂਗ ਲਾਈਫ, ਸ਼ਟਲ ਸ਼ਿਫਟ, ਠੀਕ ਹੈ ਜੀ। ਦੇਖ ਸਕਦੇ ਜਿਹੜੇ ਟਾਇਰ ਨੇ ਉਹ ਤੁਹਾਡੇ ਸਾਹਮਣੇ, ਬੇਦਾਗ ਕੰਡੀਸ਼ਨ, ਓਕੇ ਟਾਇਰ ਨੇ, 3 ਈਅਰ ਵਾਰੰਟੀ ਆਉਂਦੀ ਸੀ ਟਰੈਕਟਰ ਦੀ। ਇੱਧਰ ਆਈਸ਼ਰ ਜੇ ਗੱਲ ਕਰੀਏ, 5,00,000 ਜੀ ਨਾ, 557 HR ਨੰਬਰ ਹੈ, 16-18 ਮਾਡਲ, ਇਹ ਹੈਗਾ 5,25,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਛਤਰੀ ਲੱਗੀ ਹੋਈ ਉੱਤੇ, ਅਤੇ ਜਿਹੜਾ ਹੈਗਾ 3 ਸਿਲੰਡਰ ਹੈ, ਪਾਵਰ ਸਟੇਅਰਿੰਗ ਹੈ ਜੀ। ਆਈਸ਼ਰ ਨੇ ਵੀ ਕੋਈ ਤਰੱਕੀ ਬਹੁਤ ਕੀਤੀ ਹੈ ਵੀ, ਸਾਰ ਨਾਲੋਂ ਪੁਰਾਣਾ ਟਰੈਕਟਰ ਆਈਸ਼ਰ ਦਾ ਆਉਂਦਾ ਹੁੰਦਾ, ਸਾਰ ਨਾਲ ਪਹਿਲਾਂ ਆਸ਼ੇ ਦੇ ਨਾਂ 'ਤੇ, ਜਿਹਨੂੰ ਆਸ਼ਾ ਕਹਿ ਦਿੰਦੇ ਸੀ, ਅਤੇ ਬੜੀ ਚੜ੍ਹਾਈ ਕੀਤੀ ਆਸ਼ੇ ਨੇ। 241 ਮਾਡਲ ਨੇ ਜਿਹੜੀ, ਬਹੁਤ ਪੁਰਾਣਾ ਵਗਿਆ, ਬਹੁਤ ਲੋਕਾਂ ਨੇ ਵਾਇਆ, ਠੀਕ ਹੈ। ਉਦੋਂ ਬਾਅਦ ਅਪਗ੍ਰੇਡ ਵਰਜਨ ਉਹਨਾਂ ਨੇ 2-3 ਕੱਢੇ ਆਈਸ਼ਰ ਦੇ, ਆ ਹੈਗਾ ਆਪਣਾ ਰੈਡੀਟਰ ਦੇ ਨਾਲ ਸੰਬੰਧ ਰੱਖਦਾ, ਦੂਜੇ ਪੱਖੀ 'ਤੇ ਵੀ ਕੱਢੇ ਹੋਏ ਨੇ। ਨਿਊ ਹੋਲੈਂਡ 3630 ਦੀ ਜੇ ਗੱਲ ਕਰੀਏ, 50 HP ਦਾ ਟਰੈਕਟਰ ਹੈ, ਇਹ ਹੈਗਾ 17 ਮਾਡਲ, 4,55,000 ਰੁਪਇਆ ਡਿਮਾਂਡ ਹੈ, ਅਤੇ ਹਾਈ ਲੋ ਦੇ ਨਾਲ ਹੋਏਗਾ ਜੀ, ਮੈਨੂੰ ਲੱਗਦਾ ਸੁਪਰ ਹੈਗਾ ਹਾਈ ਲੋ ਦੇ ਨਾਲ। ਦੇਖ ਸਕਦੇ ਜੀ ਜਿਹੜੇ ਟਾਇਰ ਨੇ, 16-28 ਦੇ ਟਾਇਰ ਨੇ, ਬੇਦਾਗ ਟਾਇਰ ਨੇ ਜੀ, ਰਿਵਰਸ ਗਰਾਊਂਡ ਸਪੀਡ PTO, 50 HP ਦਾ ਟਰੈਕਟਰ ਹੈ। ਇੱਧਰਲੇ ਬੰਨੇ ਫਾਰਮ ਟਰੈਕ ਸੁਪਰ ਮੈਕਸ EPI T20 ਸਪੀਡ ਗੇਅਰ ਬੋਕਸ, 3 ਸਿਲੰਡਰ ਦੇ ਨਾਲ। ਅਤੇ ਜੇ ਗੱਲ ਕਰੀਏ ਰੇਟ ਦੀ, ਇਹ ਹੈਗਾ 18 ਮਾਡਲ, 5,35,000 ਰੁਪਇਆ ਡਿਮਾਂਡ ਹੈ, ਜੇ ਗੱਲ ਕਰੀਏ ਡਿਮਾਂਡ ਦੀ। ਦੇਖ ਸਕਦੇ ਜੇ ਕੰਡੀਸ਼ਨ ਦੀ ਗੱਲ ਕਰੀਏ, ਦੇਖ ਲਓ ਤੁਹਾਡੇ ਸਾਹਮਣੇ ਕੰਡੀਸ਼ਨ ਜੇ ਟਰੈਕਟਰ ਦੀ, ਕੁਛ ਇਸ ਤਰੀਕੇ ਦੀ ਆ, F8 ਸੁਪਰ ਮੈਕਸ, ਠੀਕ ਹੈ ਜੀ। ਟਾਇਰ ਓਕੇ ਪਏ ਨੇ, ਬਿਲਕੁਲ ਬੇਦਾਗ ਨਵੇਂ ਵਾਂਗੂ ਟਾਇਰ ਪਏ ਨੇ ਜੀ। ਅਤੇ ਅਗਲਾ ਟਰੈਕਟਰ ਹੈਗਾ 439 ਪਾਵਰ ਟਰੈਕ, ਪਾਵਰ ਟਰੈਕ ਦੀ ਜੇ ਗੱਲ ਕਰੀਏ ਕਾਫੀ
ਡੀਜ਼ਲ ਸੇਵਰ, ਡੀਜ਼ਲ ਸੇਵਰ ਇਹਨੂੰ ਕਿਹਾ ਜਾਂਦਾ, ਡੀਜ਼ਲ ਬਾਕੀ ਸੇਵ ਕਰਦਾ ਸਿੰਪਲ ਸਟੀਅਰਿੰਗ ਦੇ ਵਿੱਚ, ਠੀਕ ਹੈ ਜੀ। ਅਤੇ ਜੇ ਗੱਲ ਕਰੀਏ ਟਾਇਰ, ਅਗਲੇ ਬਿਲਕੁਲ ਨਵੇਂ ਟਾਇਰ ਨੇ, 6 ਮਾਡਲ, 2,45,000 ਰੁਪਇਆ ਡਿਮਾਂਡ ਹੈ। ਮਗਰਲੇ ਟਾਇਰ ਵੀ ਬਿਲਕੁਲ ਓਕੇ ਨੇ। ਡੀਜ਼ਲ ਸੇਵਰ ਇਹਨੂੰ ਕਿਸੇ ਗੱਲੋਂ ਹੀ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ ਉਹ ਤੁਹਾਨੂੰ ਮਾੜਾ ਦੱਸਦੇ ਹਾਂ। ਕਿਸੇ ਬਾਈ ਦਾ ਤਜਰਬਾ ਸੀ, 2 ਤਜਰਬੇ ਨੇ, ਜਦੋਂ ਆਲੂ ਪੱਟਦੇ ਆ ਨਾ, ਇੱਕ ਤਾਂ ਟਰੈਕਟਰ ਨੂੰ ਲਾਉਂਦੇ ਨੇ ਸਾਰਿਆਂ ਨਾਲੋਂ ਜ਼ਿਆਦਾ, ਅਤੇ ਇੱਕ ਜਦੋਂ ਟਰਾਲੇ 'ਤੇ ਚੱਲਦਾ ਉਦੋਂ ਵੀ ਇਹਨੂੰ ਹੀ ਲਾਉਂਦੇ ਨੇ। ਇੱਕ ਬੰਦੇ ਨੇ 2.5 ਲੀਟਰ ਨਾਲ ਗੇੜਾ ਲਾਇਆ, ਇੱਕ ਨੇ ਲਾਇਆ 3.5 ਅਤੇ 4 ਲੀਟਰ ਦੇ ਨਾਲ। ਇਹ ਉਸੀ ਉਹ ਸੇਮ ਟਰਾਲਾ, ਸੇਮ ਕਹਿ ਸਕੀਏ ਕੰਡੀਸ਼ਨ ਤੋਂ ਲੈ ਕੇ ਗਿਆ ਟਰੈਕਟਰ, ਉਸੇ ਥਾਂ ਤੋਂ ਉਹਨੇ ਪੱਟ ਕੇ ਲਿਆ, ਉਸੇ ਥਾਂ ਤੋਂ ਇਹੋ ਹੀ ਪੱਟ ਕੇ ਲਿਆ। ਐਵੇਂ ਨਹੀਂ ਡੀਜ਼ਲ ਸੇਵਰ ਨਾ ਕਿਹਾ, ਐਵੇਂ ਨਹੀਂ ਲਿਖਿਆ ਕੰਪਨੀ ਨੇ ਡੀਜ਼ਲ ਸੇਵਰ, ਠੀਕ ਹੈ। ਅਤੇ ਕਿਸੇ ਗੱਲੋਂ ਹੀ ਕਿਹਾ ਡੀਜ਼ਲ ਸੇਵਰ, ਦੇਖ ਸਕਦੇ ਜਿਹੜੀ ਕੰਡੀਸ਼ਨ ਉਹ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ। ਸ਼ੇਅਰ ਕਰਿਆ ਜੀ ਵੀਡੀਓ ਨੂੰ, ਮਿਲਦੇ ਹਾਂ, ਕਾਫੀ ਟਰੈਕਟਰ ਦਿਖਾ ਚੁੱਕੇ, ਜਿਹੜਾ ਨੰਬਰ ਹੈ ਉਹ ਵੀਡੀਓ ਦੇ ਵਿੱਚ ਹੀ ਆ। ਧੰਨਵਾਦ।